आज जिहड़ा कैंप है जी वह बिल्कुल फ्री ऑफ कॉस्ट कैंप है जिदे सारी ओपीडीज जिन्नियां भी हैगी जिवें साडे कोल डेंटल दी ओपीडी है मेडिसिन दी ओपीडी है फिजियोथेरेपी गायनी दी ओपीडी है और ईयरस दा जिहड़ा चैकअप हो रहा है इस तो अलावा फ्री बीपी सीबीसी दा जिहड़ा टैसट है शुगर दा टैसट है ना वह सारे टोटली फ्री ऑफ कॉस्ट हो रहे हैं जिन्नियां भी फैसिलिटीज़ असीं फ्री ऑफ कॉस्ट दे रहे हैं अज ਅਸੀਂ ਜੀ ਇਹ ਜਿਹੜੇ ਕੈਂਪ ਹੈਗਾ ਜਦੋਂ ਕੋਈ ਗੁਰਪੁਰਬ ਹੋਏ ਉਦੋਂ ਅਸੀਂ ਗੁਰਪੁਰਬ 'ਤੇ ਲਗਾਉਂਦੇ ਹਾਂ ਜਾਂ ਫਿਰ ਜਿਵੇਂ ਹੁਣ ਸਾਡੇ ਹੋਸਪਿਟਲ ਦੀ ਜਦੋਂ ਐਨਵਰਸਰੀ ਹੁੰਦੀ ਹੈ ਸਾਡੇ ਹੋਸਪਿਟਲ ਦੀ ਵੈਸੇ ਸਾਡੇ ਹੋਸਪਿਟਲ ਦੀ ਜਿਹੜੀ ਐਨਵਰਸਰੀ ਹੈ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਪੁਰਬ 'ਤੇ ਹੀ ਹੁੰਦੀ ਹੈ ਇਸ ਕਰਕੇ ਇਹ ਕੈਂਪ ਜਿਹੜਾ ਉਸ ਖੁਸ਼ੀ 'ਚ ਲਗਾਇਆ ਗਿਆ ਹੈ ਕਿ ਇਸ ਏਰੀਏ ਦੇ ਵਿੱਚ ਬੜਾ ਸਮਝੋ ਕਿ ਅਪਹੀਵਲ ਬੜਾ ਤੂਫਾਨ ਜਾਂ ਬੜੀ ਹਲਚਲ ਸੀ ਕਿ ਗਰੀਬ ਬੰਦੇ ਨੂੰ ਟ੍ਰੀਟਮੈਂਟ ਨਹੀਂ ਸੀ ਮਿਲਦੀ ਇਸ ਵਾਸਤੇ ਕਿ ਇਹ ਝੱਖੜ ਜਿਹਾ ਝੁੱਲ ਰਿਹਾ ਸੀ ਕਿਸਮ ਦਾ ਜਿਸੇ ਕੀਮਤਾਂ ਵੱਧ ਰਹੀਆਂ ਨੇ ਉੱਥੇ ਡਾਕਟਰਾਂ ਦੀ ਲੁੱਟ ਵੀ ਬਰਕਰਾਰ ਕਾਇਮ ਹੈ ਇਸ ਹੋਸਪਿਟਲ ਨੇ ਹੋਂਦ ਵਿੱਚ ਆ ਕੇ ਗਰੀਬਾਂ ਦੀ ਬਾਂਹ ਫੜੀ ਹੈ ਇਹ ਕਹਿ ਸਕਦੇ ਹਾਂ ਕਿ ਅਜਬ ਦਿਲਕਸ਼ੀ ਹੈ ਇਸ ਦੇ ਮਾਹੌਲ ਦੇ ਅੰਦਰ ਝੱਖੜ ਵੀ ਝੁੱਲ ਰਹੇ ਨੇ ਦੀਵੇ ਵੀ ਬਲ ਰਹੇ ਨੇ ਹਰ ਹਫ਼ਤੇ 10 ਤੋਂ 15 ਕੇਸ ਕੱਢਦੇ ਆ ਅਤੇ ਓਪੀਡੀ ਸਾਡੀ ਮੋਰ ਦੈਨ 35-40 ਹੋ ਜਾਂਦੀ ਆ ਅਤੇ ਸਾਡੇ ਕੋਲ ਲੇਟੈਸਟ ਟੈਕਨੋਲੋਜੀ ਜਿਹੜੀ ਅੱਜ ਕੱਲ੍ਹ ਜਿਹਨੂੰ ਕਹਿੰਦੇ ਆ ਵੀ ਬਿਨਾਂ ਬਲੇਡ ਦੇ ਬਿਨਾਂ ਟੀਕ ਟਾਂਕੇ ਦੇ ਸਰਜਰੀ ਉਹ ਅਸੀਂ ਕਰਦੇ ਬਿਲਕੁਲ ਹਾਫ ਰੇਟ 'ਤੇ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਹਰਵਿੰਦਰ ਸਿੰਘ ਢਿੱਲੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਅਤੇ ਅੱਜ ਇੱਕ ਮੈਡੀਕਲ ਦਾ ਜਿਹੜਾ ਫ੍ਰੀ ਚੈੱਕਅਪ ਕੈਂਪ ਇਸ ਹੋਸਪਿਟਲ ਦੇ ਵਿੱਚ ਲਗਾਇਆ ਗਿਆ ਨਾਮ ਹੈ ਸ਼੍ਰੀ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਹੋਸਪਿਟਲ ਔਰ ਦੋਸਤੋ ਤੁਸੀਂ ਯਕੀਨ ਮੰਨਿਓ ਇਹ ਜਿਹੜਾ ਮੈਡੀਕਲ ਫ੍ਰੀ ਮੈਡੀਕਲ ਕੈਂਪ ਹੈ ਇਹ ਕੈਂਪ ਹੋਰ ਕੈਂਪਸ ਦੇ ਨਾਲੋਂ ਬਿਲਕੁਲ ਵੱਖਰਾ ਔਰ ਮੇਰੇ ਨਾਲ ਇਸ ਸੰਸਥਾ ਦੇ ਜਿਹੜੇ CEO ਨੇ ਉਹਨਾਂ ਨਾਲ ਗੱਲਬਾਤ ਵੀ ਮੈਂ ਕਰਾਵਾਂਗਾ ਤੁਹਾਡੀ ਔਰ ਨਾਲ ਨਾਲ ਸਾਰੀ ਗੱਲਬਾਤ ਪੁੱਛਾਂਗੇ ਇੱਥੇ ਜਿਹੜੀ ਕੀ ਫੈਸਿਲਿਟੀ ਜਿਹੜੀ ਹੈ ਪੀੜਤਾਂ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਸਵਾਗਤ ਹੈ ਜੀ ਲੁਧਿਆਣਾ ਲਾਈਵ 'ਤੇ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਮੇਰਾ ਨਾਮ ਜੀ ਗੁਰਪ੍ਰੀਤ ਕੌਰ ਹੈ ਹਾਂਜੀ ਤੁਸੀਂ ਇੱਥੇ ਐਜ਼ ਏ CEO ਮੈਂ ਇੱਧਰ ਕੰਮ ਕਰ ਰਹੀ ਹਾਂ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਹੋਸਪਿਟਲ 'ਚ ਮੈਂ CEO ਦੀ ਤਰ੍ਹਾਂ ਸੇਵਾ ਨਿਭਾ ਰਹੀ ਹਾਂ ਜੀ ਠੀਕ ਹੈ ਜੀ ਅੱਜ ਜਿਹੜਾ ਕੈਂਪ ਹੈ ਉਹਦੇ ਬਾਰੇ ਵੀ ਜਾਣਕਾਰੀ ਦੇ ਦਿਓ ਜੀ ਅੱਜ ਜਿਹੜਾ ਕੈਂਪ ਹੈ ਜੀ ਉਹ ਬਿਲਕੁਲ ਫ੍ਰੀ ਆਫ ਕੋਸਟ ਕੈਂਪ ਹੈ ਜਿਹਦੇ 'ਚ ਸਾਰੀ ਓਪੀਡੀਜ਼ ਜਿੰਨੀਆਂ ਵੀ ਹੈਗੀਆਂ ਜਿਵੇਂ ਸਾਡੇ ਕੋਲ ਡੈਂਟਲ ਦੀ ਓਪੀਡੀ ਹੈ ਮੈਡੀਸਿਨ ਦੀ ਓਪੀਡੀ ਹੈ ਫਿਜ਼ੀਓਥੈਰੇਪੀ ਗਾਇਨੀ ਦੀ ਓਪੀਡੀ ਹੈ ਔਰ ਈਅਰਸ ਦਾ ਜਿਹੜਾ ਚੈੱਕਅਪ ਹੋ ਰਿਹਾ ਹੈ ਇਸ ਤੋਂ ਇਲਾਵਾ ਫ੍ਰੀ ਬੀਪੀ CBC ਦਾ ਜਿਹੜਾ ਟੈਸਟ ਹੈ ਸ਼ੂਗਰ ਦਾ ਟੈਸਟ ਹੈ ਨਾ ਉਹ ਸਾਰੇ ਟੋਟਲੀ ਫ੍ਰੀ ਆਫ ਕੋਸਟ ਹੋ ਰਹੇ ਨੇ ਜਿੰਨੀਆਂ ਵੀ ਫੈਸਿਲਿਟੀਜ਼ ਅਸੀਂ ਫ੍ਰੀ ਆਫ ਕੋਸਟ ਦੇ ਰਹੇ ਹਾਂ ਅੱਜ ਈਵਨ ਮੈਡੀਸਿਨ ਵੀ ਫ੍ਰੀ ਹੈ ਮੈਡੀਸਿਨ ਵੀ ਫ੍ਰੀ ਹੈ ਤੁਸੀਂ ਇਹ ਜਿਹੜਾ ਕੈਂਪਸ ਨੇ ਇਹ ਕਿਸ ਤਰ੍ਹਾਂ ਮਤਲਬ ਕਿ ਲਗਾਉਂਦੇ ਰਹਿੰਦੇ ਹੋ ਕਦੋਂ ਕਦੋਂ ਕਿਹੜੇ ਕਿਹੜੇ ਸਮੇਂ ਦੇ ਉੱਪਰ ਜਿਹੜਾ ਲਗਾਉਂਦੇ ਹੈਗੇ ਹੋ ਅਸੀਂ ਜੀ ਇਹ ਜਿਹੜੇ ਕੈਂਪ ਹੈਗਾ ਜਦੋਂ ਕੋਈ ਗੁਰਪੁਰਬ ਹੋਏ ਉਦੋਂ ਅਸੀਂ ਗੁਰਪੁਰਬ 'ਤੇ ਲਗਾਉਂਦੇ ਹਾਂ ਜਾਂ ਫਿਰ ਜਿਵੇਂ ਹੁਣ ਸਾਡੇ ਹੋਸਪਿਟਲ ਦੀ ਜਦੋਂ ਐਨਵਰਸਰੀ ਹੁੰਦੀ ਹੈ ਸਾਡੇ ਹੋਸਪਿਟਲ ਦੀ ਵੈਸੇ ਸਾਡੇ ਹੋਸਪਿਟਲ ਦੀ ਜਿਹੜੀ ਐਨਵਰਸਰੀ ਹੈ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਪੁਰਬ 'ਤੇ ਹੀ ਹੁੰਦੀ ਹੈ ਇਸ ਕਰਕੇ ਇਹ ਕੈਂਪ ਜਿਹੜਾ ਉਸ ਖੁਸ਼ੀ 'ਚ ਲਗਾਇਆ ਗਿਆ ਹੈ ਜੀ ਠੀਕ ਹੈ ਜੀ ਅਗਰ ਕੈਂਪ ਦੀ ਆਪਾਂ ਗੱਲ ਨਾ ਕਰੀਏ ਤਾਂ ਹੋਸਪਿਟਲ ਦੇ ਵਿੱਚ ਵੈਸੇ ਜਿਹੜਾ ਟ੍ਰੀਟਮੈਂਟ ਪੇਸ਼ੈਂਟ ਦਾ ਹੈਗਾ ਤਾਂ ਉਹਦੇ ਕੀ ਚਾਰਜਿਸ ਜਿਹੜੇ ਤੁਹਾਡੇ ਵੱਲੋਂ ਲਏ ਜਾਂਦੇ ਆ ਜੀ ਅਸੀਂ ਜੀ ਓਪੀਡੀ ਚਾਰਜਿਸ ਜਿਹੜੇ ਆ ਸਾਡੇ ਸਿਰਫ 50 rupees ਹੈ ਜੀ ਇੱਥੇ ਕੋਈ ਵੀ ਓਪੀਡੀ ਕਿਸੇ ਵੀ ਟਾਈਪ ਦੀ ਅਗਰ ਪੇਸ਼ੈਂਟਸ ਨੇ ਚੈੱਕ ਕਰਾਉਣਾ ਸਿਰਫ 50 rupees ਵਿੱਚ ਓਪੀਡੀ ਕੀਤੀ ਜਾਂਦੀ ਹੈ 50 rupees ਦੇ ਵਿੱਚ ਠੀਕ ਹੈ ਜੀ ਅਤੇ ਲੈਬ ਟੈਸਟ ਜਿਹੜੇ ਤੁਸੀਂ ਦੱਸੇ ਕਿਹੜੇ ਕਿਹੜੇ ਮੈਂ ਚਾਹੁੰਦਾ ਦੁਬਾਰਾ ਦੱਸ ਦਿਓ ਇੱਕ ਵਾਰ ਅੱਜ ਜੀ ਲੈਬ ਟੈਸਟ ਜਿਹੜੇ ਇੱਕ CBC ਔਰ ਸ਼ੂਗਰ ਅੱਜ ਉਹ ਫ੍ਰੀ ਆਫ ਕੋਸਟ ਹੈ ਔਰ ਵੈਸੇ ਜਿਹੜੇ ਲੈਬ ਟੈਸਟ ਹੈ ਇੱਥੇ ਬਿਲਕੁਲ ਅੱਧੇ ਰੇਟਾਂ 'ਤੇ ਕੀਤੇ ਜਾਂਦੇ ਜੋ ਬਾਹਰ ਜੋ ਟੈਸਟ ਹੁੰਦੇ ਉਹਦੇ ਨਾਲੋਂ ਅੱਧੇ ਤੋਂ ਵੀ ਘੱਟ ਰੇਟ ਇੱਥੇ ਲਿੱਤੇ ਜਾਂਦੇ ਆ ਜੀ ਅਲਟਰਾਸਾਊਂਡ ਵਗੈਰਾ ਸਭ ਕੁਝ ਹੁੰਦਾ ਇੱਥੇ ਅਲਟਰਾਸਾਊਂਡ ਸਿਰਫ 450 rupees 'ਚ ਅਸੀਂ ਕਰਦੇ ਹਾਂ ਡਾਇਲਿਸਿਸ ਵੀ ਹੁੰਦਾ ਇੱਥੇ ਡਾਇਲਿਸਿਸ ਸਿਰਫ ਅਸੀਂ 630 rupees ਦੇ ਅੰਦਰ ਅਸੀਂ ਡਾਇਲਿਸਿਸ ਕਰਦੇ ਹਾਂ ਜੋ ਕਿ ਸਿਰਫ ਇੱਕ ਦਵਾਈਆਂ ਦੀ ਕੋਸਟ ਜੋ ਹੈ 630 rupees ਉਹ ਡਾਇਲਿਸਿਸ ਦੀ ਅਸੀਂ ਕੋਸਟ ਲੈਂਦੇ ਹਾਂ ਜੀ ਇੱਥੇ ਬਾਕੀ ਟੋਟਲੀ ਫ੍ਰੀ ਆਫ ਕੋਸਟ ਹੈ ਬਿਲਕੁਲ
ਤੁਸੀਂ ਦੇਖੋ ਕਿ ਡਾਇਲਸਿਸ ਜਿਹੜਾ ਬਹੁਤ ਇੱਕ ਮਹਿੰਗਾ ਖਰਚਾ ਜਿਹੜਾ ਆਉਂਦਾ ਹੈਗਾ ਪੇਸ਼ੈਂਟ ਦੇ ਲਈ ਔਰ ਇੱਥੇ ਸਿਰਫ 630 ਰੁਪਏ ਦੇ ਵਿੱਚ ਜਿਹੜੀ ਡਾਇਲਸਿਸ ਕੀਤੀ ਜਾ ਰਹੀ ਹੈਗੀ ਆ ਅਤੇ ਜੀ ਮੈਂ ਚਾਹੁੰਦਾ ਕਿ ਅੱਜ ਜਿਹੜਾ ਇਹ ਕੈਂਪ ਹੈ ਇਸ ਤੋਂ ਮੈਂ ਸੁਣਿਆ ਕਿ ਜਿਹੜੇ ਲੋਕ ਬਿਲਕੁਲ ਪੈਸਾ ਨਹੀਂ ਦੇ ਸਕਦੇ ਉਹ ਕੋਈ ਵੀ ਇਲਾਜ ਆ ਜਿਹੜਾ ਇਸ ਸੰਸਥਾ ਵੱਲੋਂ ਜਿਹੜਾ ਫ੍ਰੀ ਕੀਤਾ ਜਾਂਦਾ ਉਹਦੇ ਵਾਸਤੇ ਉਹਦੀ ਜੀ ਵੀ ਜਾਣਕਾਰੀ ਦਿਓ ਜੀ ਦਰਸ਼ਕਾਂ। ਹਾਂਜੀ, ਜਿਹੜੇ ਮਰੀਜ਼ ਜੋ ਕਿ ਬਿਲਕੁਲ ਕੋਈ ਵੀ ਅਫੋਰਡ ਨਹੀਂ ਕਰ ਸਕਦੇ, ਜਿਨ੍ਹਾਂ ਦੀ ਪੇਇੰਗ ਕਪੈਸਿਟੀ ਬਿਲਕੁਲ ਜ਼ੀਰੋ ਹੈ, ਅਸੀਂ ਉਹਨਾਂ ਦਾ ਆਧਾਰ ਕਾਰਡ ਲੈਂਦੇ ਹਾਂ। ਆਧਾਰ ਕਾਰਡ ਲੈ ਕੇ ਜਿਹੜੀ ਸਾਡੀ ਟੀਮ ਹੈ ਉਹ 'ਤੇ ਚੈੱਕ ਕਰਦੀ ਕਿ ਜੈਨੂਇਨਲੀ ਇਹਨਾਂ ਕੋਲ ਦੇਣ ਲਈ ਪੈਸੇ ਨਹੀਂ ਹੈ, ਫਿਰ ਉਹਨਾਂ ਦਾ ਫ੍ਰੀ ਆਫ ਕੋਸਟ ਟ੍ਰੀਟਮੈਂਟ ਕੀਤਾ ਜਾਂਦਾ ਹੈ ਜੀ। ਤੁਸੀਂ ਇਹ ਪੁਆਇੰਟ ਨੋਟ ਕੀਤਾ ਕਿ ਜਿਹੜੇ ਵੈਸੇ ਤਾਂ ਅੱਜ ਜਿਹੜਾ ਮੈਡੀਕਲ ਕੈਂਪ ਫ੍ਰੀ ਹੈਗਾ ਹੀ ਹੈਗਾ, ਇਸ ਕੈਂਪ ਤੋਂ ਇਲਾਵਾ ਵੀ ਅਗਰ ਕਿਸੇ ਨੂੰ ਕੋਈ ਵੀ ਬਿਮਾਰੀ ਹੈ ਔਰ ਉਹ ਪੈਸੇ ਦੇਣ ਦੀ ਸਮਰੱਥਾ ਨਹੀਂ ਹੈਗੀ, ਇਲਾਜ ਕਰਾਉਣ ਦੀ ਉਹਦੀ ਸਮਰੱਥਾ ਨਹੀਂ ਹੈਗੀ, ਤਾਂ ਉਸ ਦੇ ਕੋਲੋਂ ਇੱਕ ਆਧਾਰ ਕਾਰਡ ਔਰ ਇੱਕ ਜਿਹੜਾ ਲੈਟਰ ਲਿਆ ਜਾਂਦਾ ਹੈਗਾ ਕਿ ਆਪਣੀ ਜਿਹੜੀ ਆ ਉਹ ਮਜਬੂਰੀ ਉਹਦੇ ਉੱਪਰ ਲਿਖ ਕੇ ਆਧਾਰ ਕਾਰਡ ਦੇ ਨਾਲ ਇੱਥੇ ਹੋਸਪਿਟਲ ਦੇ ਵਿੱਚ ਦੇ ਦੇਣ ਔਰ ਉਸ ਤੋਂ ਬਾਅਦ ਜਿਹੜੀ ਹੋਸਪਿਟਲ ਦੀ ਟੀਮ ਹੈ ਉਹ ਚੈੱਕ ਕਰਦੀ ਹੈ ਕਿ ਵਾਕਈ ਹੀ ਇਹਨਾਂ ਇਹ ਜਿਹੜਾ ਪੇਸ਼ੈਂਟ ਹੈ ਇਹਦੀ ਸਮਰੱਥਾ ਨਹੀਂ ਹੈ, ਤਾਂ ਉਹ ਇਲਾਜ ਜਿਹੜਾ ਬਿਲਕੁਲ ਫ੍ਰੀ ਆਫ ਕੋਸਟ ਕੀਤਾ ਜਾਂਦਾ ਇੱਥੇ ਔਰ ਚਾਹੇ ਉਹ ਕੋਈ ਵੀ ਇਲਾਜ ਹੋਵੇ। ਮੈਂ ਠੀਕ ਕਹਿ ਰਿਹਾ ਜੀ, ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋਵੇ ਜੀ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੈ ਉਹ ਬਿਲਕੁਲ ਫ੍ਰੀ ਆਫ ਕੋਸਟ ਟ੍ਰੀਟਮੈਂਟ ਕੀਤਾ ਜਾਂਦਾ ਅਗਰ ਉਹਦੇ ਕੋਲ ਪੈਸੇ ਦੇਣ ਦੀ ਸਮਰੱਥਾ ਨਹੀਂ ਹੈ। ਈਵਨ ਕਿ ਜਿਹੜੀ ਸਰਜਰੀਜ਼ ਹੈ ਉਹ ਵੀ ਅਗਰ ਉਹਦੇ ਕੋਲ ਪੈਸੇ ਨਹੀਂ ਹੈ ਪੇਸ਼ੈਂਟ ਕੋਲ ਔਰ ਉਹ ਉਹਨੂੰ ਬਹੁਤ ਜ਼ਰੂਰਤ ਹੈ ਇਲਾਜ ਦੀ, ਕੋਈ ਸੋਰਸ ਆਫ ਇਨਕਮ ਨਹੀਂ ਹੈ, ਤਾਂ ਵੀ ਅਸੀਂ ਫ੍ਰੀ ਆਫ ਕੋਸਟ ਜਾਂ ਫਿਰ ਅਗਰ ਥੋੜ੍ਹੀ ਘੱਟ ਕਪੈਸਿਟੀ ਹੈ ਤਾਂ ਫਿਰ ਅਸੀਂ ਡਿਸਕਾਊਂਟਸ ਵੀ ਦਿੰਦੇ ਹਾਂ, ਜਿੰਨੇ ਹੋ ਸਕਦੇ ਆ ਮੈਕਸਿਮਮ ਪੋਸੀਬਲ ਉਹਨੂੰ ਡਿਸਕਾਊਂਟਸ ਦਿੰਦੇ ਹਾਂ। ਹਾਂਜੀ ਠੀਕ ਹੈ ਜੀ। ਅਤੇ ਗਾਇਨੀ ਦਾ ਜਿਹੜਾ ਹੈਗਾ ਜੀ ਸਰਜਰੀ ਜਿਹੜਾ ਚਾਹੁੰਦਾ ਕਿ ਉਹਦੇ ਵੀ ਰੇਟਸ ਜਿਹੜੇ ਦੱਸ ਦਿਓ ਤੁਸੀਂ। ਗਾਇਨੀ ਦੀ ਜੀ ਓ ਪੀ ਡੀ ਹੈ ਜਿਹੜੀ ਹੈ ਉਹ ਸਿਰਫ 50 ਰੁਪੀਜ਼ ਹੈ ਜੀ, 50 ਰੁਪਏ ਹੈ ਔਰ ਉਸ ਤੋਂ ਇਲਾਵਾ ਘੱਟ ਤੋਂ ਘੱਟ ਪੈਸੇ ਦਿੰਦੇ। ਹਾਂਜੀ, ਸਿਜ਼ੇਰੀਅਨ ਜਿਹੜਾ ਹੈ ਉਹ 15 ਤੋਂ ਲੈ ਕੇ 18,000 ਦੇ ਅੰਦਰ ਸਿਜ਼ੇਰੀਅਨ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਔਰ 8 ਤੋਂ ਲੈ ਕੇ 10,000 ਦੇ ਅੰਦਰ ਜਿਹੜੀ ਹੈ ਨੋਰਮਲ ਡਿਲੀਵਰੀ ਇੱਥੇ ਕੀਤੀ ਜਾਂਦੀ ਹੈ ਜੀ। ਜਿਹੜੀ ਆਮ ਹੋਸਪਿਟਲ ਦੇ ਵਿੱਚ ਤਕਰੀਬਨ 1-1.25 ਲੱਖ ਰੁਪਈਏ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਸਰਜਰੀਆਂ ਜਿਹੜਾ ਹੋ ਰਿਹਾ ਔਰ ਇੱਥੇ ਜਿਹੜਾ 15-20,000 ਰੁਪਈਏ ਦੇ ਵਿੱਚ ਔਰ ਜਿਹੜਾ ਨੋਰਮਲ ਡਿਲੀਵਰੀ ਹੈ ਉਹ 8-10,000 ਰੁਪਏ ਦੇ ਵਿੱਚ ਇੱਥੇ ਹੋ ਰਹੀ ਹੈ। ਔਰ ਮੈਂ ਜਿਹੜੀ ਇਸ ਇੱਥੇ ਦੇ ਐਡਰੈਸ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਤੁਸੀਂ ਜਮਾਲਪੁਰ ਆਉਂਦੇ ਹੈਗੇ ਹੋ ਤਾਂ ਜਮਾਲਪੁਰ ਤੋਂ ਜਦੋਂ ਗੋਲ ਮਾਰਕੀਟ ਆਉਂਦੀ ਹੈ, ਗੋਲ ਮਾਰਕੀਟ ਤੋਂ ਤੁਸੀਂ ਕਿੱਧਰ ਨੂੰ ਅੱਗੇ ਜਾਣਾ ਪਏਗਾ? ਹਾਂ ਹਾਂ, ਬੀਕਾਨੇਰ ਵਾਲੀ ਸਾਈਡ ਜਾਂਦੇ ਹੋ ਤਾਂ ਗੁਰਦੁਆਰਾ ਸਾਹਿਬ ਹੈ ਜੀ, ਗੁਰਦੁਆਰਾ ਸਿੰਘ ਸਭਾ, ਬਿਲਕੁਲ ਐਡ ਜੁਆਇਨਿੰਗ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਇਹ ਹੋਸਪਿਟਲ ਹੈ ਜੀ, ਸ਼੍ਰੀ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਹੋਸਪਿਟਲ। ਤਾਂ ਮੈਨੂੰ ਲੱਗਦਾ ਕਿ ਸਾਰੀ ਜਾਣਕਾਰੀ ਜਿਹੜੀ ਤੁਹਾਡੇ ਲਈ ਲਾਹੇਵੰਦ ਹੋਏਗੀ। ਔਰ ਹੋਰ ਕੁਛ ਤੁਸੀਂ ਦੱਸਣਾ ਚਾਹੁੰਦੇ ਹੋ ਜੀ? ਉੱਪਰ ਜਿਹੜੇ ਪੇਸ਼ੈਂਟ ਹੈਗੇ ਨੇ ਅੱਜ ਕੈਂਪ ਦਾ ਜਿਹੜਾ ਲੈ ਰਹੇ ਨੇ ਟ੍ਰੀਟਮੈਂਟ ਕਰਵਾ ਰਹੇ ਨੇ, ਉਹ ਵੀ ਜਿਹੜੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਿੰਦਾ ਜੀ, ਆਓ ਚੱਲਦੇ ਉੱਪਰ। ਤਾਂ ਹੋਸਪਿਟਲ ਦੀ ਜਿਹੜੀ ਲੈਬ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਆਧੁਨਿਕ ਮਸ਼ੀਨਾਂ ਜਿਹੜੀਆਂ ਨੇੜੇ ਕਰਕੇ ਮੈਂ ਚਾਹੁੰਦਾ ਕਿ ਇੱਕ ਵਾਰ ਦਿਖਾ ਦਿਓ ਕਿ ਕਿਸ ਤਰ੍ਹਾਂ ਜਿਹੜੇ ਆ ਇੱਥੇ ਬਲੱਡ ਸੈਂਪਲ ਲਏ ਜਾਂਦੇ ਨੇ ਔਰ ਕਿਸ ਤਰ੍ਹਾਂ ਮਸ਼ੀਨ ਦੇਖੋ ਆਟੋਮੈਟਿਕ ਜਿਹੜਾ ਆਪਣਾ ਕੰਮ ਕਰ ਰਹੀ ਹੈ ਜੀ। ਸਰ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਡਾਕਟਰ ਜਸਵੀਰ ਸਿੰਘ ਬਾਵਾ। ਡਾਕਟਰ ਸਾਹਿਬ, ਇੱਥੇ ਅੱਜ ਕਿੰਨੇ ਕੁ ਪੇਸ਼ੈਂਟ ਜਿਹੜੇ ਤੁਸੀਂ ਦੇਖ ਰਹੇ ਹੋ ਜੀ? ਅੱਜ ਆਲਮੋਸਟ ਆਪਣੇ ਕੋਲ 225 ਹੋ ਚੁੱਕੇ ਆ, ਪਰ 2 ਵਜੇ ਤੱਕ ਆਈਡੀਆ ਕਿ ਵੀ ਹੋਰ 100-150 ਪੇਸ਼ੈਂਟ ਜਿਹੜਾ ਵੀ ਹੋਰ ਵੀ ਆ ਜਾਣਗੇ। ਠੀਕ ਹੈ ਜੀ। ਅਤੇ ਡਾਕਟਰ ਸਾਹਿਬ, ਕਿਹੜੇ ਕਿਹੜੇ ਜਿਹੜੇ ਟੈਸਟ ਹੈ ਇਸ ਲੈਬ ਦੇ ਵਿੱਚ ਹੋ ਜਾਂਦੇ ਆ ਜੀ? ਇਸ ਆਪਣੀ ਲੈਬ ਦੇ ਵਿੱਚ ਬੋਡੀ ਦੇ ਸਾਰੇ ਟੈਸਟ ਜਿਹੜੇ ਆ ਉਹ ਇਸ ਪਰਟੀਕੁਲਰ ਇਸ ਮਸ਼ੀਨ ਦੇ ਨਾਲ ਹੋ ਜਾਂਦੇ ਆ, ਜਿਹੜੀ ਕਿ ਟੋਟਲ ਕੰਪਿਊਟਰਾਈਜ਼ਡ ਫੁੱਲੀ ਆਟੋਮੈਟਿਡ ਮਸ਼ੀਨ ਆ। ਓਕੇ, ਇਹਦੇ ਇਹਦੇ ਨਾਲ ਨਾਲ ਸਾਡੇ ਕੋਲ ਹੋਰ ਵੀ ਲੈਬ ਦੀਆਂ ਜਿਹੜੀਆਂ ਮਸ਼ੀਨਸ ਹੈਗੀਆਂ ਉਹ ਜਿਸ ਤਰ੍ਹਾਂ ਕਿ ਸੈੱਲ ਕਾਊਂਟਰ ਹੈ, ਇਲੈਕਟ੍ਰੋਲਾਈਟ ਹੈ, ਉਹ ਵੀ ਫੁੱਲੀ ਆਟੋਮੈਟਿਡ ਹੈ ਮਸ਼ੀਨਾਂ। ਈਵਨ ਜੂਰਨ ਐਨਾਲਾਈਜ਼ਰ ਹੈ। ਹਾਂਜੀ, ਈਵਨ ਉੱਧਰ ਉਹਨਾਂ ਨੂੰ ਤੁਸੀਂ ਦਿਖਾ ਸਕਦੇ ਕਿ ਉਹ ESR ਹੈ, HB1C ਮਸ਼ੀਨ ਜਿਹੜੀ ਆ ਉਹ ਵੀ ਬੋਡੀ ਦੇ ਆਪਣੇ ਸਾਰੇ ਟੈਸਟ ਜਿਹੜੇ ਆ ਉਹ ਇੱਥੇ ਕੀਤੇ ਜਾਂਦੇ ਆ। ਔਰ ਸਭ ਤੋਂ ਜ਼ਿਆਦਾ ਕੁਛ ਦੀ ਗੱਲ ਇਹ ਆ ਕਿ ਵੀ ਮਾਰਕੀਟ ਰੇਟ ਜਿਹੜਾ ਅੱਧੇ ਰੇਟਾਂ ਤੋਂ ਵੀ ਘੱਟ ਵੀ ਆਪਾਂ ਕਹਿ ਸਕਦੇ ਕਿ ਵੀ ਸਿਰਫ ਆਪਾਂ ਇੱਥੇ ਦੀ ਕੋਸਟ ਜਿਹੜੀ ਆ
तो अपना जोड़ा खर्चा वा उ हस्पता जोड़ा वा वो लै रहा। और अज तो बिल्कुल फ्री होना, अज जो टेस्ट हो रहे वो सारे टोटल फ्री कर रहे, टोटल फ्री कर रहे। ठीक है जी। जी सर की नाम थोड़ा? विक्रम ठाकुर जी। विक्रम ठाकुर जी, विक्रम ठाकुर जी किन्ने क सैंपल जोड़े आ गए थोड़े को? सर इस वे तो 50-60 सैंपल तो आ चुके हैं, लग चुके सैंपल थोड़े। अच्छा जी, ठीक है जी। बाकी हजे प्रोसैस है, उपर आ रहे सैंपल। रिपोर्ट्स जीडिया मैम सर विद इन 2 आवर्स हो जाने कंप्लीट, सारी 2 घंटे दे विच रिपोर्ट्स जीडिया सारी आ जाने सर। लेना भी तो तुसी देख सकते हो कि जड़ियाँ मशीनस ने बिल्कुल आधुनिक जड़ियाँ मशीन ने, कंप्यूटराइज्ड जड़ियाँ मशीन ने, तुसी डॉक्टर साहब ने जड़ियाँ दिखाईयां जानकारी थानू दित्ती है। तो तुसी इत्थे आके अपना बिल्कुल बेफिक्र होकर जिहड़ा ट्रीटमेंट करवा सकते हो बिना पैसे की परवाह किए, क्योंकि इस फील्ड दे विच अजकल कहिंदे ना दवाई ते पढ़ाई, ये दो चीज़ां अगर बंदे दियां सही हो जाण तां खर्चा जिहड़ा कुछ भी नहीं आंदा। तां इत्थे जिहड़ी ये दवाई बिल्कुल फ्री दित्ती जांदी है और फ्री रेट्स दे उपर दित्ती जांदी है। अज तां चलो जिहड़ा मैडिकल कैंप सीगा बिल्कुल फ्री है इत्थे, और आम दिनां दे विच वी इत्थे जिहड़ा मार्केट दे नालों अद्धे तों वी अद्धे 25% जिहड़े रेट्स ने उस रेट्स दे उपर इत्थे जिहड़ा ट्रीटमेंट कीता जांदा। और जिहड़ा वह भी नहीं दे सकता, वो जिस तरह मैं तुम्हें पहले ही दस्या सीगा कि आधार कार्ड और एक जिहड़ी अर्जी तुसीं देनी है इत्थे हॉस्पिटल मैनेजमेंट नूं कि असी जिहड़ा इस इलाज दे लई पैसा नहीं दे सकते, तो हॉस्पिटल वल्लों जिहड़ी है वह देखा जाता हैगा कि वाकई जिहड़ा जिहड़ा पेशेंट हैगा वह समर्थ हैगा पैसे देने दे कि नहीं, तो उस तो बाद उसका जिहड़ा इलाज बिल्कुल फ्री कर दिता जाता है। तो होर भी जिहड़े पेशेंट ने वह भी तस्वीर थोड़े नाल सांझियां करते। दोस्तों चरणजीत सिंह जी मेरे नाल मौजूद ने, जिहड़े इस होस्पिटल के ट्रस्टी ने, जिन्हां लोगों के करके ये सारी सेवा जिहड़ी संभव हो पाती है, तो ये वो लोग ने। स्वागत है जी तुहाडा भी लुधियाणा लाइव से, बहुत बहुत थैंक यू। तुसीं की अज कहना चाहोगे? जिहड़ी बहुत ही जी मैं कहना कि वड्डी सेवा तुहाडे वल्लों निभाई जा रही है इस होस्पिटल दे विच। साडे होस्पिटल वास्ते ते आवाम वास्ते एक खुशी का मुकाम है कि श्री गुरु हरकृष्ण साहब चैरिटेबल होस्पिटल जो कि इत्थे होंद विच आया है, उस विच मैडिकल कैंप, फ्री मैडिकल कैंप जिहड़ा लगाया सी। और दूसरी गल कि बड़े माण नाल कह सकना कि इस एरिए दे विच बड़ा समझो कि अपहीवल, बड़ा तूफान जहा, बड़ी हलचल सी कि गरीब बंदे नूं ट्रीटमेंट नहीं सी मिलती। अच्छा, इस वास्ते कि यह झखड़ जहा झुल रहा सी किस्म का, जिसे कीमत बढ़ रही ने, उत्थे डॉक्टरों की लुट भी बरकरार कायम है। इस होस्पिटल ने होंद विच आके गरीबों की बांह फड़ी है, ये कह सकते हैं कि अजब दिलकशी है इस दे माहौल अंदर, झखड़ भी झुल रहे हैं, दीवे भी बल रहे हैं। ये गुरु हरकृष्ण साहब चैरिटेबल होस्पिटल जोड़ा है, ये बलता होया दीवा है, हरक नूं लो दिंदा है और हरक की सहायता करता है। दूसरी गल बड़े माण नाल कहने असी कि आम गुरद्वारा साहिबान के अंदर की हुंदा है कि गुरद्वारे दे विच ही आमदन जिहड़ी सारी लगती है, लेकिन इत्थों दे गुरद्वारे की आमदन जिहड़ी है वह भी हॉस्पिटल के अंदर लगती है, और इत्थों दे मैडिकल जो स्टोर है उत्थों की आमदन जिहड़ी है वह भी हॉस्पिटल दे विच लगती है, क्योंकि गुरद्वारा भी हॉस्पिटल वाल चुकया है और मैडिकल स्टोर भी हॉस्पिटल वाल चुकया है। इस करके बिल्कुल जिवें बेटी गुरप्रीत ने दस्या है हर गल नूं कि हर एक जिहड़ा डिपार्टमेंट है असी फ्री उसी ट्रीटमेंट करवा रहे हैं। देखो एग्जाम्पल के तौर पर मैं कह सकना एक अखा का काम ही है, और बंदे नूं भी अखा वांग ही काम करना चाहिए कि मुफ्त लाए दर्द कोई अजब हो रोती है आँख, किस तरह हम दर्द सारे जिस्म की होती है आँख, जिस्म दे वजूद दे किसी भी हिस्से में पीड़ होवे अख च पानी आ जाता है। इस तरह जिहड़े साडे रहनुमा ने, साडे लीडर ने, साडे प्रधान ने, साडे ट्रस्टी ने, वह अख वर्गा दर्द रखते ने कि गरीब दे गुरबत दे मारे हुए लोगों के किसी भी हिस्से में दर्द होए उन्होंने दिल के अंदर भी दर्द होंदा है कि इन्हां दी ट्रीटमेंट की जाए। असीं अरदास करने हैं कि महाराज चढ़दी कला च रखे इस हॉस्पिटल नूं, और गरीब गरीब गुरबियां दी असीं सहायता कर सकीए। थैंक यू सर।
जिहड़े सरकार वल्लों दावे किए जा रहे हैं कि इन्ने लुधियाणा दे विच जिहड़े मुहल्ला क्लीनिक खोल दिते आ इन्ने जिहड़े टैस्ट ने फ्री किए जा रहे हैं तो उस चीज़ का भी जिहड़ा असर देखने को मिलता है। देखो सरकार दे सिरलेख जिहड़े ने अपनी किस्म दे हुंदे ने, कहानी कुछ हुंदी है सिरलेख कुछ हुंदा है। इस वास्ते असीं उह छपे हुए बैनरां दे उत्ते ना जाइए, वास्तविक हकीकत की है ये आवाम दे सामने आ। किसी नूं निंदा करनी माड़ा गल कहना माड़ी गल है, लेकिन यह भी असी जो अपना काम है ना, जो गुरद्वारा है अपना काम वह करी जा रहा, हॉस्पिटल अपना काम भी करी जा रहा। ठीक है जी, ठीक है। तो ये जी ट्रस्टी ने इस होस्पिटल के चरणजीत सिंह जी जिहड़े बहुत ही उत्तम जिहड़ी सेवा निभा रहे ने इत्थे, तो बहुत बहुत धन्यवाद जी तुहाडा साडे नाल गलबात करन लई। दोस्तों इस होस्पिटल की जिहड़ी खासियत है इत्थे अखां दे ऑपरेशन भी जिहड़े बिल्कुल फ्री किए जाते हैं, तो मेरे नाल डॉक्टर गौरव ने जिहड़े आई स्पैशलिस्ट ने उन्होंने गलबात करदे आ। डॉक्टर साहब स्वागत है लुधियाणा लाइव जी। ਤੁਹਾਡਾ ਸਤਿ ਸ਼੍ਰੀ ਅਕਾਲ ਜੀ। मैं चाहना कि पहला तुसी अपने इंट्रोडक्शन दे दियो साडे दर्शकां नूं। मेरा नाम डॉक्टर गौरव है जी, मैं आई सर्जन हाँ, एक्स सी एम सी ग्रैजुएट हाँ। ओके। तो मैं इतने 1.5 साल हो गए आ, तो ये श्री गुरु हरकृष्ण हॉस्पिटल जिहड़ा हैगा असी हर हफ्ते 10 तो 15 केस निकलते हैं, तो ओपनिंग साड़ी मोर दैन 35-40 हो जाती है, तो साढ़े को लेटैसट टेक्नोलॉजी जी अजकल जिन्होंने कहें भी बिना ब्लेड के बिना टीक टाके सर्जरी वो असी करते बिल्कुल हाफ रेट पर। तो साढ़े बच्चे साढ़े एक ट्रस्टी है अमृतपाल जी, उन्होंने बेटी कैनेडा स्पॉन्सर करती है, जो गरीब होंगे असी वधिया लैंस फ्री ऑफ कॉस्ट ही पाते हैं, तो असी 100-150 पा चुके हैं। तो कल भी असी आई फ्लू दौरान असी 15-20 सर्जरी कर चुके हैं, इस दौरान अज भी असी 15-20 सर्जरी बुक की, बहुत गरीब तबके के बंदे भी है, तो उन्होंने असी घट्टो घट 90% असी फ्री करेंगे, 10% घट्टो घट रेट तक करेंगे। ठीक है जी। अगर 100 रुपये खर्चा आता तो जरा 90 रुपया होस्पिटल पे करेगा, 10 रुपये जो खर्चना पैंता है। और जिस तरह उन्होंने दसिया कि एक ट्रस्टी ने उन्होंने बेटी जी कैनेडा दे विच है और उस वलों जो स्पोंसर किया जाता है इन लैंस नूं, ये सारे इंपोर्टेड होंगे डॉक्टर साहब? हाँ जी, सारे इंपोर्टेड लैंस है, प्लस सारा क्रेडिट जाता है साढ़े प्रधान जी सरदार गुरदेव सिंह जी, सारे डायरेक्टर साहब मैडम है गुरप्रीत जी, तो अमृतपाल जी, दर्शन अंकल, बाकी तमाम ट्रस्टी जोड़े है उन्होंने योगदान है। तो असं एक सेवा भाव लिए इतने आए हैं, तो साढ़े लिए सा परिवार आ, साढ़े हॉस्पिटल नहीं है, पहला साढ़े परिवार आ, फिर साढ़ा हॉस्पिटल बाद ची है, तो साढ़े होंगे भी कोई गरीब पेशेंट साढ़े इतने खाली ना जाए। अज मेरे को 10 पेशेंट है जो फ्री ऑफ कॉस्ट परदा चेक करने, कॉस्ट CMC 500 रुपये रेट है, पर मैं फ्री ऑफ कॉस्ट करा। दोस्तों मैं एक जो मरीज इतने मिले ने जो काफ़ी लंबे समय तो इस होस्पिटल तो जो ट्रीटमेंट लै रहे ने, तो इन्हों का कहना है कि पहला मैं बाहर बहुत पैसा बर्बाद किया, परंतु इतने आने तो बाद मैं जो आराम भी है और मेरा जो पैसा भी बचा। तो गलबात करते हैं, की नाम है जी थोड़ा? मुकेश। हाँ मुकेश जी, क्या प्रॉब्लम आपको? खांसी की और छाती में दर्द था, कई हॉस्पिटल दिखाया, आराम नहीं आया, मेरे को आराम मिला था। पहले कई हॉस्पिटल्स में दिखाया लेकिन आराम नहीं आया? नहीं आया। तो यहाँ पे आपको जो बाहर खर्चा होता था उसके मुकाबले यहाँ पे कितना खर्चा आपका? बहुत कम, आधे पैसों में कम हुआ, दवाइयों आधे पैसों मिली 50। अच्छा। हाँ तो अभी आपको आराम है? आराम है। ठीक है जी मुकेश जी, बहुत बहुत धन्यवाद जी। पूनम देवी। पूनम जी, आप यहाँ पे क्या चेक कराने आए थे? मैं कान चेक कराने आई हूँ। अच्छा जी, कितने पैसे लगे आपके? पैसे बिल्कुल नहीं लगा। तो दवाई? दवाई भी फ्री मिल रहा है। दवाई भी फ्री मिला? हाँ जी। ठीक है। आपका क्या नाम है जी? खुशबू। खुशबू जी, आपने क्या चेकअप कराया? लड़के का चेक कराया है जी, हाथ का। अच्छा, हाथ का क्या हुआ इसको? हाथ कांपता है जी। हाथ कांपता है जी। अच्छा, तो दिखा लिया डॉक्टर को जी? कितने पैसे लगे? कुछ भी नहीं लगा जी। तो दवाई? कुछ भी नहीं, फ्री है जी, ऐसी फ्री दवाई मिला। क्या बोला डॉक्टर ने, क्यों कांपता है जी? वो कहें कि आप रिपोर्ट मिलेगा उसके बाद आइएगा तो हम बताएंगे आपको। तो रिपोर्ट, ब्लड सैंपल आपने दे दिया? जी हाँ जी। उसके पैसे लगे हैं कोई? जी नहीं, कोई पैसे नहीं लगे। सारी जी जानकारी थोड़े न साझी कर की है, आस करता कि तुम जी जरूर पसंद आई होएगी, और आप इस वीडियो में लाइक शेयर कमेंट करना ना भुल्यो। सो नवे अपडेट ना फिर दोबारा तुम्हें मिलांगा। कैमरा परसन हरजीत सिंह, हरविंदर सिंह ढिल्लों, लुधियाणा लाइव।